ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਸਾ ਤੁਸੀਂ ਸਾਰੇ ਜਾਣੂ ਹੋ, ਪਿਛਲੇ 40 ਦਿਨਾਂ ਤੋਂ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰੂਆਂ ਦੇ ਸਰਤਾਜ, ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਅੱਜ ਸਮਾਪਤੀ ਹੋਈ ਹੈ। ਧੰਨਵਾਦ ਦੇ ਲਾਇਕ ਨੇ ਇਸਤਰੀ ਸੇਵਾ ਸੰਘ ਦੇ ਕਰਤਾ ਧਰਤਾ ਸਾਰੀਆਂ ਭੈਣਾਂ ਮਾਵਾਂ ਜਿਨ੍ਹਾਂ ਨੇ ਤਨ ਮਨ ਧਨ ਨਾਲ ਸਹਿਯੋਗ ਦੇ ਕਰਕੇ ਇਸ ਗੁਰਪੁਰਬ ਨੂੰ, ਇਸ ਸ਼ਹੀਦੀ ਦੀਵੀ ਨਿਵਾਜ ਇੱਥੇ ਲਿਆਇਆ ਹੈ। ਵੈਸੇ ਤਾਂ ਸਾਡੇ ਸਿੱਖੀ ਇਤਿਹਾਸ 'ਚ ਨਾ ਸ਼ਹੀਦਾਂ ਦੀ ਕਮੀ ਆਈ ਹੈ, ਨਾ ਸਾਡੇ ਭਰਮਾਂ ਔਰ ਕਰਮਾਂ ਤੋਂ ਦੂਰ ਕਰਨ ਵਾਲੇ ਗੁਰੂਆਂ ਦੀ ਕਮੀ ਰਹੀ ਹੈ, ਪਰ ਫਿਰ ਵੀ ਪੰਚਮ ਪਿਤਾ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਸ਼ਾਇਦ ਉਹਦਾ ਕਾਰਨ ਇਹ ਹੈ ਕਿ ਜੋ ਸ਼ਹੀਦੀ ਦੀ ਸ਼ੁਰੂਆਤ ਹੋਈ ਉਹ ਪੰਚਮ ਪਿਤਾ ਤੋਂ ਹੋਈ, ਔਰ 9ਵੇਂ ਔਰ 10ਵੇਂ ਗੁਰੂ ਨੇ ਤਾਂ ਖੈਰ ਉਹਦੀ ਮਿਸਾਲ ਬਹੁਤ ਉੱਚੇ ਤੱਕ ਲੈ ਜਾ ਕੇ ਛੱਡੀ ਹੈ। ਸਭ ਕੁਝ ਕੀਤਾ ਗਿਆ ਹੈ, ਉਹਦੇ ਬਾਵਜੂਦ ਗੁਰੂ ਦੇ ਮੂੰਹੋਂ ਇਹ ਨਿਕਲਣਾ, ਇਹ ਆਦਾ ਸ਼ਾਨਾ, ਤੇਰਾ ਕੀਆ ਮੀਠਾ ਲਾਗੇ। ਉਸ ਗੁਰੂ ਦੇ ਅੱਗੇ ਅਸੀਂ ਆਪਣੇ ਤਰਫੋਂ, ਪੂਰੀ ਕਮੇਟੀ ਦੇ ਤਰਫੋਂ ਬਿਨਾਂ ਕਰਨੇ ਹਾਂ, ਇਹ ਅਰਦਾਸ ਕਰਨੇ ਹਾਂ ਸਾਡੀ ਭੈਣਾਂ ਨੂੰ, ਇਸ ਇਸਤਰੀ ਸੇਵਾ ਸੰਘ ਕਮੇਟੀ ਨੂੰ, ਪੂਰੀ ਸੁਸਾਇਟੀ ਨੂੰ ਹਿੰਮਤ ਦੇਵੇ, ਅੱਗੋਂ ਤੰਦਰੁਸਤੀਆਂ ਵਰਸੇ ਕਿ ਹਰ ਸਾਲ ਉਹ ਇਸੇ ਤਰ੍ਹਾਂ ਗੁਰੂ ਨਾਲ ਜੁੜ ਕਰਕੇ ਗੁਰੂ ਦੀ ਸੇਵਾ ਕਰਦੇ ਰਹਿਣ ਔਰ ਇਸ ਨੂੰ ਅੱਗੇ ਵਧਾਉਂਦੇ ਰਹਿਣ। ਹੁਣ ਮੈਂ ਧਰਮ ਪ੍ਰਚਾਰ ਕਮੇਟੀ ਦੇ ਆਪਣੇ ਭਰਾ ਸ਼੍ਰੀ ਬਿੰਦਰਾ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ 2 ਮਿੰਟ ਵਾਸਤੇ ਆਪਣੇ ਵਿਚਾਰ ਇਸ ਸਮੇਂ ਦੇ ਮੁਤਾਬਿਕ ਸੰਗਤਾਂ ਦੇ ਨਾਲ ਸਾਂਝੇ ਕਰਨ ਔਰ ਤੁਹਾਨੂੰ ਦੱਸਣ ਕਿ ਕੀ ਇਸ ਦਾ ਇੰਪੋਰਟੈਂਟ ਹੈ ਔਰ ਕਿਸ ਤਰ੍ਹਾਂ ਇਸ ਚੀਜ਼ ਨੂੰ ਮਨਾਇਆ ਜਾਣਾ ਸਾਡੇ ਸਿੱਖ ਇਤਿਹਾਸ ਵਾਸਤੇ, ਸਿੱਖ ਧਰਮਾਂ ਵਾਸਤੇ ਬਹੁਤ ਜ਼ਰੂਰੀ ਹੈ। ਇਹਦੇ ਬਾਅਦ ਮੈਂ ਅੱਜ ਦੀ ਰਿਕੁਐਸਟ ਕਰਾਂਗਾ ਆਪਣੇ ਪ੍ਰਧਾਨ ਨੂੰ ਵੀ ਕਿ ਬਗੈਰ ਉਹਨਾਂ ਦੀ ਬਾਣੀ ਦੇ ਮੇਰੇ ਖਿਆਲ ਸਾਧ ਸੰਗਤ ਨੂੰ ਵੀ ਉਤਨਾ ਨਹੀਂ ਆਉਂਦਾ ਅਤੇ ਅਸੀਂ ਵੀ ਉਹ ਨਹੀਂ ਕਰਾਂਗੇ। ਪਹਿਲੇ ਮੈਂ ਇਨਵਾਈਟ ਕਰਾਂਗਾ ਧਰਮ ਪ੍ਰਚਾਰ ਕਮੇਟੀ ਦੇ ਸਾਡੇ ਚੇਅਰਮੈਨ ਬਿੰਦਰਾ ਭਾਈ ਸਾਹਿਬ ਨੂੰ ਕਿ ਉਹ ਘੱਟ ਸ਼ਬਦਾਂ ਵਿੱਚ ਆਪਣੇ ਵਿਚਾਰ ਸੰਗਤ ਨਾਲ ਸ਼ੇਅਰ ਕਰ।